ਅੰਮ੍ਰਿਤਸਰ ਸ਼ਹਿਰ 'ਚ ਹੈ, ਆਹ ਵਿਚਾਰੀ ਗਰੀਬ ਮਾਤਾ ਹੈ, ਇਹਦਾ ਨੀਲਾ ਕਾਰਡ, ਮਾਤਾ ਦੇਖੋ, ਆਹ ਮਾਤਾ ਦਾ ਨੀਲਾ ਕਾਰਡ ਬਣਾਇਆ। ਤੁਹਾਡਾ ਕਾਰਡ ਕਦੋਂ ਦਾ ਕੱਟਿਆ? 5 ਸਾਲ ਹੋ ਗਏ। ਅੱਛਾ, ਰੋਟੀ ਮਾਤਾ ਕਿਤਨਾ ਚੱਲਦੀ ਹੈ? ਕਹਿੰਦੀ ਬਾਦਲ ਸਾਹਿਬ ਨੇ ਬਣਾਇਆ ਸੀ, ਉਹਦੇ ਬਾਅਦ ਦੂਜੀ ਸਰਕਾਰ ਆ ਕੇ ਉਹਨੇ ਕੱਟਤਾ। ਆਹ ਤਾਂ ਹਾਲਾਤ ਹੈ, ਹੁਣ ਮਾਤਾ ਵਿਚਾਰੀ ਗਰੀਬ ਹੈ, ਇਹਦਾ ਇਹਦੇ ਕੋਈ ਹੋਰ ਕੋਈ ਸਾਧਨ ਹੈ ਨਹੀਂ, ਵਿਚਾਰੀ ਰੋ ਵੀ ਰਹੀ ਹੈ। ਆਹ ਤਾਂ ਹਾਲਾਤ ਹੈ ਤੁਹਾਡੇ। ਮੈਂ ਉਹੀ ਹੈਰਾਨ ਹੈ, ਮੈਂ ਆਖੀ ਤਾਂ ਤੁਹਾਡਾ ਇਹਨਾਂ ਦਾ ਵੀ ਕੱਟਤਾ। ਆਪ ਜਦੋਂ ਜਾਂਦੇ ਆ ਉਹ ਕਹਿੰਦੇ ਪਿੱਛੋਂ ਕੱਟੇ ਗਏ ਆ, ਪਿੱਛੋਂ ਕੱਟੇ ਗਏ ਆ। 30-30 ਰੁਪਈਏ, 35-35 ਰੁਪਏ ਕਿਲੋ ਆਟਾ ਵਾ, ਘਰ ਪਰਿਵਾਰ ਕਿੱਥੋਂ ਪਾਲਾਂਗੇ ਅਸੀਂ? ਆਟਾ ਲਿਆਵਾਂਗੇ ਦਾਲ? ਹਾਂਜੀ, ਇਹ ਬਾਦਲ ਸਾਹਿਬ ਦੇ ਹੁਕਮ ਦੇ ਵਿੱਚ ਬਣੇ ਸੀ ਤੇ ਹੁਣ ਉਹਨਾਂ ਨੇ ਕੱਟੇ ਗਏ ਆ। ਇਹ ਸਰਕਾਰ ਨੇ ਕਾਰਡ ਕੱਟਤੇ, ਆਪਣਾ ਖਰਚਾ ਘਟਾਉਣਾ ਚਾਹੁੰਦੇ ਸੀ, ਉਹਨਾਂ ਨੇ ਕਿਹਾ ਤਾਂ ਅਫਸਰਾਂ ਨੂੰ ਕਿ 40% ਕਾਰਡ ਕੱਟ ਦਿਓ, ਅਤੇ ਦਫ਼ਤਰ 'ਚ ਬਹਿ ਕੇ ਕਿਸੇ ਨੇ ਕੋਈ ਵੇਰੀਫਾਈ ਨਹੀਂ ਕੀਤਾ, ਕੁਛ ਕਰਨਗੇ ਤਾਂ ਆਹ ਹਾਲਾਤ ਬਣੇ ਪਈ ਹੈ ਤੁਹਾਡੇ ਸਾਹਮਣੇ ਹੈ। ਕੋਈ ਐਸ ਮਾਤਾ ਦੇ ਕਾਰਡ ਕੱਟਤਾ ਜਿਹਦੇ ਵਿਚਾਰੀ ਕੋਲ ਕੋਈ ਸਾਧਨ ਹੀ ਨਹੀਂ ਹੈ, ਅਤੇ ਫਿਰ ਸਰਕਾਰ ਦੇ ਅਫਸਰ ਕਿਉਂ ਕੱਟ ਰਹੇ ਆ? ਮੁੱਖ ਮੰਤਰੀ ਜਮ੍ਹਾਂ ਹੀ ਜਨਤਾ ਤੋਂ ਬਹੁਤ ਅਲੱਗ ਹੈ, ਉਹ ਇੰਨਾ ਦੂਰ ਚਲਾ ਗਿਆ, 24 ਘੰਟੇ ਕੇਜਰੀਵਾਲ ਦੇ ਮਗਰ ਚਲਾ ਗਿਆ ਕਿ ਹੁਣ ਉਹਨੂੰ ਪਤਾ ਹੀ ਨਹੀਂ ਸੂਬੇ 'ਚ ਹੋ ਕੀ ਰਿਹਾ। ਪਰ ਪਹਿਲੇ ਕੈਪਟਨ ਸਾਹਿਬ ਆਏ ਅਤੇ ਹੁਣ ਆ ਗਏ ਆ, ਇਹਨਾਂ ਨੇ ਇਕੱਲੇ ਝੂਠ ਬੋਲੇ ਅਤੇ ਸਰਕਾਰ ਬਣਾਈ। ਉਹਨਾਂ ਦਾ ਨਿਸ਼ਾਨਾ ਸੀ ਸਰਕਾਰ ਬਣਾਉਣਾ, ਰਾਜ ਕਰਨਾ, ਸੇਵਾ ਕਰਨਾ ਨਹੀਂ। ਹਜ਼ਾਰਾਂ ਲੋਕਾਂ ਦੇ, ਹੁਣ ਮੈਂ ਤੁਹਾਨੂੰ ਅੱਜ ਤੁਹਾਨੂੰ, ਤੁਸੀਂ ਪਿੰਡਾਂ ਚਲੇ ਜਾਓ, ਗਰੀਬਾਂ ਦੇ ਘਰੇ ਚਲੇ ਜਾਓ, ਬਿਜਲੀ ਦੇ ਬਿੱਲ ਕਹਿੰਦੇ ਨਾ ਫ੍ਰੀ ਬਿਜਲੀ ਹੈ, ਮੈਂ ਤੁਹਾਨੂੰ ਹਜ਼ਾਰਾਂ ਬਿੱਲ ਦਿਖਾ ਦਿੰਦਾ ਜਿਹੜੇ ਗਰੀਬਾਂ ਦੇ ਘਰਾਂ, ਜਿਹਨਾਂ ਨੂੰ ਕਹਿੰਦੇ ਫ੍ਰੀ ਬਿਜਲੀ ਦਿੱਤੀ ਹੈ, ਉਹਨਾਂ ਦੇ ਬਿੱਲ 18,000 20,000 ਆਏ, ਇਹ ਜਿਹੇ ਬਿੱਲ ਆਏ ਆ। 800 ਕਰੋੜ ਰੁਪਇਆ ਇਸ਼ਤਿਹਾਰਾਂ 'ਤੇ ਲਾ ਰਹੇ ਆ, ਪੈਸਾ ਚਾਹੀਦਾ ਸੀ, ਅਤੇ ਇਸ ਕਰਕੇ ਕਹਿੰਦੇ ਕਾਰਡ ਕੱਟ ਦਿਓ। ਹੁਣ ਪੈਨਸ਼ਨਾਂ ਵੀ ਕੱਟੀਆਂ, ਸ਼ਗਨ ਤਾਂ ਆ ਹੀ ਨਹੀਂ ਰਹੇ, ਨੀਲੇ ਕਾਰਡ ਵੀ ਕੱਟਤੇ। ਜਦੋਂ ਸਰਕਾਰ ਹੀ ਇਹ ਜੀ ਨਿਕੰਮੀ ਹੋਏ, ਨਾ ਜਿਹਨੂੰ ਮਰਿਆਦਾ ਦਾ ਪਤਾ ਹੋਏ, ਸ਼ਰਾਬ ਪੀ ਕੇ ਜਿਹੜਾ ਮੁੱਖ ਮੰਤਰੀ ਆਪ ਗੁਰੂ ਘਰ ਚਲੇ ਜਾਂਦਾ ਹੈ, ਤਾਂ ਕੀ ਉਮੀਦ ਕਰ ਸਕਦੇ ਉਦੋਂ? ਇਹਨੂੰ ਸਾਰਾ ਕੁਛ ਭੁਗਤਣਾ ਪੈਣਾ। ਆਹ ਸੋਚਦਾ ਕਿ ਮੈਂ ਮੁੱਖ ਮੰਤਰੀ ਹੈ, ਮੁੱਖ ਮੰਤਰੀ ਉਦੋਂ ਤੱਕ ਹੀ ਹੈ ਜਦੋਂ ਤੱਕ ਲੋਕ ਚਾਹੁੰਦੇ ਹੈ। ਤੁਸੀਂ ਐਕਚੁਲੀ ਪਾਰਲੀਮੈਂਟ 'ਚ ਦੇਖ ਲਓ ਕੀ ਹੋਣਾ ਇਹਦਾ। ਅੰਮ੍ਰਿਤਸਰ ਸ਼ਹਿਰ 'ਚ ਹੈ, ਆਹ ਵਿਚਾਰੀ ਗਰੀਬ ਮਾਤਾ ਹੈ, ਇਹਦਾ ਨੀਲਾ ਕਾਰਡ, ਮਾਤਾ ਦੇਖੋ, ਆਹ ਮਾਤਾ ਦਾ ਨੀਲਾ ਕਾਰਡ ਬਣਾਇਆ। ਤੁਹਾਡਾ ਕਾਰਡ ਕਦੋਂ ਦਾ ਕੱਟਿਆ? 5 ਸਾਲ ਹੋ ਗਏ। ਅੱਛਾ, ਰੋਟੀ ਮਾਤਾ ਕਿਤਨਾ ਚੱਲਦੀ ਹੈ? ਕਹਿੰਦੀ ਬਾਦਲ ਸਾਹਿਬ ਨੇ ਬਣਾਇਆ ਸੀ, ਉਹਦੇ ਬਾਅਦ ਦੂਜੀ ਸਰਕਾਰ ਆ ਕੇ ਉਹਨੇ ਕੱਟਤਾ। ਆਹ ਤਾਂ ਹਾਲਾਤ ਹੈ, ਹੁਣ ਮਾਤਾ ਵਿਚਾਰੀ ਗਰੀਬ ਹੈ, ਇਹਦਾ ਇਹਦੇ ਕੋਈ ਹੋਰ ਕੋਈ ਸਾਧਨ ਹੈ ਨਹੀਂ, ਵਿਚਾਰੀ ਰੋ ਵੀ ਰਹੀ ਹੈ। ਆਹ ਤਾਂ ਹਾਲਾਤ ਹੈ ਤੁਹਾਡੇ। ਮੈਂ ਉਹੀ ਹੈਰਾਨ ਹੈ, ਮੈਂ ਆਖੀ ਤਾਂ ਤੁਹਾਡਾ ਇਹਨਾਂ ਦਾ ਵੀ ਕੱਟਤਾ, ਮਾਤਾ ਨੂੰ ਤੁਹਾਡਾ ਵੀ ਤੁਹਾਡਾ। ਇੱਧਰ ਆਇਓ, ਆਹ ਵੀ ਇਹਨਾਂ ਦਾ ਵੀ ਕਾਰਡ ਕੱਟਿਆ ਗਿਆ। ਆਪ ਜਦੋਂ ਜਾਂਦੇ ਆ ਉਹ ਕਹਿੰਦੇ ਪਿੱਛੋਂ ਕੱਟੇ ਗਏ ਆ। 30-30 ਰੁਪਈਏ, 35-35 ਰੁਪਏ ਕਿਲੋ ਆਟਾ ਵਾ, ਘਰ ਪਰਿਵਾਰ ਕਿੱਥੋਂ ਪਾਲਾਂਗੇ ਅਸੀਂ? ਆਟਾ ਲਿਆਵਾਂਗੇ ਦਾਲ? ਹਾਂਜੀ, ਇਹ ਬਾਦਲ ਸਾਹਿਬ ਦੇ ਹੁਕਮ ਦੇ ਵਿੱਚ ਬਣੇ ਸੀ ਤੇ ਹੁਣ ਉਹਨਾਂ ਨੇ ਕੱਟੇ ਗਏ ਆ। ਹਾਂਜੀ, ਰੋਟੀ ਤਾਂ ਖਾਣੀ ਹੈ ਨਾ ਅਸੀਂ ਗਰੀਬਾਂ ਨੇ। ਸਮੱਸਿਆ ਕੀ ਹੈ ਜੀ, ਸਮੱਸਿਆ ਕੀ ਹੈ? ਬਗੈਰ ਦੇਖੇ ਸਮਝੇ ਇਹ ਸਰਕਾਰ ਨੇ ਕਾਰਡ ਕੱਟਤੇ, ਆਪਣਾ ਖਰਚਾ ਘਟਾਉਣਾ ਚਾਹੁੰਦੇ ਸੀ, ਤਾਂ ਉਹਨਾਂ ਨੇ ਕਿਹਾ ਤਾਂ ਅਫਸਰਾਂ ਨੂੰ ਕਿ 40% ਕਾਰਡ ਕੱਟ ਦਿਓ,
ਤੇ ਦਫ਼ਤਰ 'ਚ ਬਹਿ ਕੇ ਕਿਸੇ ਨੇ ਕੋਈ ਵੇਰੀਫਾਈ ਨਹੀਂ ਕੀਤਾ, ਕੁਛ ਕਰਨ ਕੀਤਾ, ਆਹ ਹਾਲਾਤ ਬਣੇ ਪਈ ਹੈ। ਇਕੱਲੇ ਇੱਥੇ ਨਹੀਂ, ਜਿੱਥੇ ਵੀ ਮੈਂ ਜਾਣਾ, ਮੈਂ ਪਿੰਡਾਂ ਜਾਣਾ, ਮੰਡੀਆਂ ਜਾਣਾ, ਗਰੀਬ ਆਉਂਦੇ ਵਿਚਾਰੇ। ਹੁਣ ਇਹਨਾਂ ਨੂੰ ਇਹ ਦੇਖ, ਮਾਤਾ ਦੀ ਤੁਹਾਡੇ ਸਾਹਮਣੇ ਹੈ, ਕੋਈ ਐਸ ਮਾਤਾ ਦੇ ਕਾਰਡ ਕੱਟਤਾ ਜਿਹਦੇ ਵਿਚਾਰੇ ਕੋਲ ਕੋਈ ਸਾਧਨ ਹੀ ਨਹੀਂ ਹੈ, ਤੇ ਫਿਰ ਸਰਕਾਰ ਦੇ ਅਫਸਰ ਕਿਉਂ ਕੱਟ ਰਹੇ ਆ? ਮੁੱਖ ਮੰਤਰੀ ਜਮਾ ਹੀ ਜਨਤਾ ਤੋਂ ਬਹੁਤ ਅਲੱਗ ਹੈ। ਉਹ ਇੰਨਾ ਦੂਰ ਚਲਾ ਗਿਆ, 24 ਘੰਟੇ ਕੇਜਰੀਵਾਲ ਦੇ ਮਗਰ ਚਲਾ ਗਿਆ ਕਿ ਹੁਣ ਉਹਨੂੰ ਪਤਾ ਹੀ ਨਹੀਂ ਇਸ ਸੂਬੇ 'ਚ ਹੋ ਕੀ ਰਿਹਾ। ਹਾਲਾਤ ਇਹੋ ਜਿਹੇ ਬਣ ਗਏ, ਵਿਚਾਰੇ ਗਰੀਬ। ਆਹ ਦੇਖੋ ਵਿਚਾਰਾ ਤੁਹਾਡਾ ਵੀ ਕਰਦਾ, ਪੁੱਛੋ ਜੀ ਮਾਤਾ ਨੂੰ ਪੁੱਛੋ। ਹੁਣ ਆਹ ਵਿਚਾਰੇ ਗਰੀਬ ਆ, ਇੱਧਰ ਆਇਓ ਜੀ। ਤੁਹਾਡਾ ਨਾਂ ਕੀ ਹੈ ਜੀ? ਬਸੰਤ ਸਿੰਘ। ਬਸੰਤ ਸਿੰਘ, ਆਹ ਬਸੰਤ ਸਿੰਘ ਜੀ ਦਾ ਕਾਰਡ ਹੈ, ਆਹ ਵੀ ਕੱਟਿਆ ਪਿਆ। ਹੁਣ ਤੁਹਾਨੂੰ ਕੋਈ ਆਟਾ ਦਾਲ ਕੁਛ ਨਹੀਂ ਆਉਂਦਾ? ਕੁਛ ਨਹੀਂ। ਗੁਜ਼ਾਰਾ ਫਿਰ ਦਿਹਾੜੀ ਦਾ ਪਹਿਲਾਂ ਹੀ ਹੁੰਦਾ, ਕਿਸੇ ਵੇਲੇ ਲੱਗ ਗਈ, ਕਿਸੇ ਵੇਲੇ ਨਹੀਂ ਲੱਗਦੀ ਦਿਹਾੜੀ। ਕਬਜ਼ਾ ਕੀਤਾ ਕਾਂਗਰਸ ਨੇ ਦੇਖੋ ਇਹਨਾਂ ਦਾ ਵੀ। ਬੇਸਿਕਲੀ ਕੀ ਆ, ਆਹ ਜਿਹੜੇ ਸਰਕਾਰ ਪਹਿਲੇ ਕੈਪਟਨ ਸਾਹਿਬ ਆਏ ਤੇ ਹੁਣ ਆ ਗਏ ਆ, ਇਹਨਾਂ ਨੇ ਇਕੱਲੇ ਝੂਠ ਬੋਲੇ ਤੇ ਸਰਕਾਰ ਬਣਾਈ। ਉਹਨਾਂ ਦਾ ਨਿਸ਼ਾਨਾ ਸੀ ਸਰਕਾਰ ਬਣਾਉਣਾ, ਰਾਜ ਕਰਨਾ, ਸੇਵਾ ਕਰਨਾ ਨਹੀਂ। ਹਜ਼ਾਰਾਂ ਲੋਕਾਂ ਦੇ, ਹੁਣ ਮੈਂ ਤੁਹਾਨੂੰ ਅੱਜ ਤੁਹਾਨੂੰ, ਤੁਸੀਂ ਪਿੰਡਾਂ ਚਲੇ ਜਾਓ, ਗਰੀਬਾਂ ਦੇ ਘਰੇ ਚਲੇ ਜਾਓ, ਬਿਜਲੀ ਦੇ ਬਿੱਲ ਕਹਿੰਦੇ ਨਾ ਫ੍ਰੀ ਬਿਜਲੀ ਹੈ, ਮੈਂ ਤੁਹਾਨੂੰ ਹਜ਼ਾਰਾਂ ਬਿੱਲ ਦਿਖਾ ਦਿੰਦਾ ਜਿਹੜੇ ਗਰੀਬਾਂ ਦੇ ਘਰਾਂ, ਜਿਹਨਾਂ ਨੂੰ ਕਹਿੰਦੇ ਫ੍ਰੀ ਬਿਜਲੀ ਦਿੱਤੀ ਹੈ, ਉਹਨਾਂ ਦੇ ਬਿੱਲ 18,000 20,000 ਆਏ, ਇਹੋ ਜਿਹੇ ਬਿੱਲ ਆਏ ਹੈ। ਸੋ ਆਹ ਸਾਰਾ ਝੂਠ ਹੈ। ਮਸਲਾ ਵੀ ਐਂ ਕਰਿਓ, ਮੈਨੂੰ ਇਹ ਫੋਟੋ ਕਾਪੀ ਦਿਓ ਆਪਣਾ ਲੈ ਕੇ ਨਾ ਜੋਸ਼ੀ ਸਾਹਿਬ, ਆਪਾਂ ਲਿਸਟ ਬਣਾ ਲਈਏ ਤੇ ਆਹ ਸਾਰੇ ਬੰਦੇ ਲਿਸਟ ਬਣਾ ਕੇ ਆਪਾਂ, ਮੈਂ DC ਦੇ ਮਗਰ ਪੈ ਕੇ ਇਹਨਾਂ ਦਾ ਬਹਾਲ ਕਰਾਉਣੇ ਆ। ਮੈਂ ਤੁਹਾਨੂੰ ਸਿਆਸਤ ਦੀ ਗੱਲ, ਬਗੈਰ ਸੋਚੇ ਸਮਝੇ, ਬਗੈਰ ਦੇਖੇ ਫੈਸਲੇ ਕੀਤੇ ਜਾ ਰਹੇ ਆ, ਬਗੈਰ ਰੀਪਰਕਸ਼ਨ ਦੇਖੇ ਫੈਸਲੇ। ਦਾ ਮਤਲਬ ਹੈ ਕੋਈ ਇਨਵੈਸਟੀਗੇਸ਼ਨ ਨਹੀਂ, ਕੁਛ ਨਹੀਂ। ਕਹਿ ਤਾ ਕਿ ਸਾਡਾ, ਕਿਉਂਕਿ ਇੰਨਾ ਬਜਟ ਵੱਧ ਗਿਆ, 800 ਕਰੋੜ ਰੁਪਇਆ ਇਸ਼ਤਿਹਾਰਾਂ 'ਤੇ ਲਾ ਰਹੇ ਹੈ, ਪੈਸਾ ਚਾਹੀਦਾ ਸੀ, ਅਤੇ ਇਸ ਕਰਕੇ ਕਹਿੰਦੇ ਕਾਰਡ ਕੱਟ ਦਿਓ। ਹੁਣ ਪੈਨਸ਼ਨਾਂ ਵੀ ਕੱਟੀਆਂ, ਸ਼ਗਨ ਤਾਂ ਆ ਹੀ ਨਹੀਂ ਰਹੇ, ਨੀਲੇ ਕਾਰਡ ਵੀ ਕੱਟਤੇ, ਜਿਹੜੇ ਅਸੀਂ ਸਾਈਕਲ, ਹੁਣ ਇਹ ਮਾਤਾ ਦੱਸਿਆ ਸਾਨੂੰ ਬਿਜਲੀ ਦਾ ਬਿੱਲ ਵੀ ਆਉਂਦਾ, ਉਹ ਵੀ ਦਿੱਤਾ ਨਹੀਂ ਆਉਂਦਾ, ਕੱਟ ਦਿੱਤਾ। ਸੋ ਜਿਹੜਾ ਬੇਸਿਕਲੀ ਜਦੋਂ ਸਰਕਾਰ ਹੀ ਇਹ ਜੀ ਨਿਕੰਮੀ ਹੋਏ, ਨਾ ਜਿਹਨੂੰ ਮਰਿਆਦਾ ਦਾ ਪਤਾ ਹੋਏ, ਸ਼ਰਾਬ ਪੀ ਕੇ ਜਿਹੜਾ ਮੁੱਖ ਮੰਤਰੀ ਆਪ ਗੁਰੂ ਘਰ ਚਲੇ ਜਾਂਦਾ ਹੈ, ਤਾਂ ਕੀ ਉਮੀਦ ਕਰ ਸਕਦੇ ਉਹਦਾ? ਇਹਨੂੰ ਸਾਰਾ ਕੁਛ ਭੁਗਤਣਾ ਪੈਣਾ। ਆਹ ਸੋਚਦਾ ਕਿ ਮੈਂ ਮੁੱਖ ਮੰਤਰੀ ਹੈ, ਮੁੱਖ ਮੰਤਰੀ ਉਦੋਂ ਤੱਕ ਹੀ ਹੈ ਜਦੋਂ ਤੱਕ ਲੋਕ ਚਾਹੁੰਦੇ ਹੈ। ਤੁਸੀਂ ਐਕਚੁਅਲੀ ਪਾਰਲੀਮੈਂਟ 'ਚ ਦੇਖ ਲਓ ਕੀ ਹੋਣਾ ਇਹਦਾ।